मैं की करांगा इस पापे नु बाली रे लाले ते सारी उम्र पाले है लाले हुन मिट चल गई मेरे कन्ने बुड्ढे बंदे ते नहीं सही मनदा इन्हें रोटी पानी खाता घर बह के सारे परिवार जो रोटी पानी खा के ते जले सौत सुता है फिर इन्हें टीका ला लिया जी ते सानू नहीं सी पता लगना भी इन्हें की कीता कि नहीं जल टीका वेखा ते लगा सवेरे चले नशा लिया के करके इन्हू कई कई बार इन्हें होश ही नहीं सी रही इन्ना क कर लेंदा सी जी मेरा नाम शीशम सिंह ते की गल हुई है जी ये जी गल है हुई है भाई ये पहला तो 6 महीने हो गए नशा करता कौन सी जुड़ा है हाँ जी कौन लगता जी मेरा पोता जी मर गया तो मैं ही पालिया मैं ही इन्हू रखे है मैं ही ये जमीन कराई तो इस वक्त ये गया छाया मैं छड़ दे किसे छड़ देंदा के खा लेंदा के छड़ देंदा के खा लेंदा ये बाद दे विच फिर जाके ना ये अज रात ये माँ ने कहे पैसे दे ते मैं पैसा भी कट देंदा तो पैसों के नाल फिर ये लिया मास लिया उत्थे साहब ने वेख्या वो खाधा खा पी के कबैया नाल ते ये ऐ लुआ के ना टीका तो मंजी ते लम्मा बैड ते पै गया बैड तो फिर ये को लत्ता नहीं तो चक होके बैड ते पैण गया असा आप अपने कमरे च पै गए हाँ असा आख्या ठीक ठाक हुण ते मथबले ते जिले 1 बजे असा उठ के वेख्या ये तो अकड़िया पिया फिर असा चारा बारा दवाई पाई इधरों नस उधरों नस गए ने कट्ठे फिर अस मत बड़े भाई उतों फिर बखाया भी ये लिया के उ आदने किधर ना लै जाओ खत्म हाँ जी हाँ जी पोस्टमार्टम बुजुर्ग गल करिए नशा तो सरकार कहती है बंद हो गया कि उम्र की मिले भी दोबारा दस दिए सब कुछ है छड के तुर गई उन्हें फैसला भी कर लिया कला ही बेटा ये बेटा कला प्यो का तो कला ही मुंडा एक भैन है ਇਹਦੀ ਮਾਂ ਹੈ ਪੁਲਿਸ ਚ ਉਹ ਦਬਕੇ ਮਾਰਦੀ ਸਾਨੂੰ ਆਦੀ ਤੁਹਾਨੂੰ ਮਾਰ ਤੇ ਆ ਗਈ ਨਾਲੇ ਤੇ ਸਾਰੀ ਉਮਰ ਪਾਲੇ ਆ ਨਾਲੇ ਹੁਣ ਮਿੱਟ ਚੱਲ ਗਈ ਤੇ ਉਹਦੀ ਪਹਿਲਾਂ ਮੌਤ ਹੋ ਗਈ ਮਾਂ ਇਹਦੀ ਨੌਕਰੀ ਕਰਦੀ ਜੀ ਉਹ ਇਹਦੇ ਚ ਕੀ ਆਈ ਨਹੀਂ ਮੈਂ ਇਹਦਾ ਮੈਂ ਪਤਾ ਨਹੀਂ ਹੋ ਲਵਾਂ ਇਹਨੂੰ ਡੱਕਾਂ ਮੇਰੇ ਇਕੱਲੇ ਬੁੱਢੇ ਬੰਦੇ ਦੇ ਨਹੀਂ ਸੀ ਮੰਨਦਾ ਧੱਕੇ ਨੇ ਰਾਤ ਸਭ ਕੋਈ ਖਾਧਾ ਬਣ ਜੂਦਾਲਾ ਜੀ ਮੈਂ ਗੁਰਚਰਨ ਸਿੰਘ ਮੇਰਾ ਭਤੀਜ ਸੀ ਜੀ ਅਸੀਂ ਇਹਨੂੰ ਸਾਰਿਆਂ ਨੇ ਮੇਰੇ ਚਾਚੇ ਤਾਇਆ ਨੇ ਸਾਰਿਆਂ ਨੇ ਪੂਰਾ ਜ਼ੋਰ ਲਾਇਆ ਵੀ ਨਸ਼ੇ ਵਾਸਤੇ ਅਸੀਂ ਇਹਨੂੰ ਰੋਕੀਏ ਅਤੇ ਇਹ ਫਿਰ ਵੀ ਚੋਰੀ ਛੱਪੀ ਨਸ਼ਾ ਜਿਹੜਾ ਹੈ ਆਉਂਦਾ ਸੀ ਕਰ ਆਉਂਦਾ ਸੀ ਲੇਕਿਨ ਮਿਲਦਾ ਵੀ ਕਰੇ ਇਹਨੂੰ ਥੋੜ੍ਹੀ ਦੂਰੀ ਜਾ ਕੇ ਲੈ ਆਉਂਦਾ ਸੀ ਕੋਈ ਦੂਜਾ ਦੀ ਦੂਰੋਂ ਨਹੀਂ ਸੀ ਜਾਂਦਾ ਨਸ਼ਾ ਲਿਆ ਕੇ ਕਰਕੇ ਇਹਨੂੰ ਕਈ ਕਈ ਵਾਰੀ ਤੈਨੂੰ ਹੋਸ਼ ਹੀ ਨਹੀਂ ਸੀ ਰਹਿੰਦੀ ਇੰਨਾ ਕੁ ਕਰ ਲੈਂਦਾ ਸੀ ਜੀ ਅਤੇ ਬਥੇਰੀ ਕੋਸ਼ਿਸ਼ ਕੀਤੀ ਹੈ ਵੀ ਇਹਨੂੰ ਅਸੀਂ ਮਤਲਬ ਸਿੱਧੇ ਰਾਹ ਪਾ ਲਈਏ ਦਵਾਈਆਂ ਵੀ ਖਵਾਈਆਂ ਵੀ ਰੁਕ ਜਾਏਗਾ ਪਰ ਨਹੀਂ ਮੰਨਿਆ ਇਸ ਗੱਲ ਤੋਂ ਰੁਕਿਆ ਜੀ ਹੁਣ ਅੱਜ ਇਹਨੇ ਤੇ ਦਿਨੇ ਵੀ ਨਸ਼ਾ ਕੀਤੀ ਰੱਖਿਆ ਟਾਈਮ ਨਾਲ ਰਾਤੀ 9-10 ਵਜੇ ਨਾਲ ਘਰ ਆਇਆ ਜੀ ਟਰੈਕਟਰ 'ਤੇ ਤਾਂ 10 ਵਜੇ ਘਰ ਆਇਆ ਜੀ 10 ਵਜੇ ਆ ਕੇ ਅਤੇ ਜਲੇ ਆ ਕੇ ਇਹਨੇ ਰੋਟੀ ਪਾਣੀ ਖਾਧਾ ਘਰ ਬਹਿ ਕੇ ਸਾਰੇ ਪਰਿਵਾਰ 'ਚ ਰੋਟੀ ਪਾਣੀ ਖਾ ਕੇ ਅਤੇ ਜਲੇ ਸੁੱਤਾ ਹੈ ਫਿਰ ਇਹਨੇ ਟੀਕਾ ਲਾ ਲਿਆ ਜੀ ਅਤੇ ਸਾਨੂੰ ਨਹੀਂ ਸੀ ਪਤਾ ਲੱਗਣਾ ਵੀ ਇਹਨੇ ਕੀ ਕੀਤਾ ਕਿ ਨਹੀਂ ਜਲ ਟੀਕਾ ਵੇਖਿਆ ਅਤੇ ਲੱਗਾ ਸਵੇਰੇ ਜਲੇ ਬਾਪੂ ਜੀ ਕਹਿੰਦੇ 1 ਵਜੇ ਵੇਖਿਆ ਫਿਰ ਇਹਨਾਂ ਦਵਾਈ ਪਾਈ ਮੈਂ ਦੂਸਰੇ ਘਰ ਵਾਲਾ ਸੀ ਜੀ ਮੈਂ ਵੀ ਨੱਠ ਕੇ ਆਈ ਅਤੇ ਜਲੇ ਵੇਖੇ ਤਾਂ ਹਾਲਾਤ ਇਹਦੇ ਬੜੇ ਉਸ ਟਾਈਮ ਮਾੜੇ ਸੀ ਨੇੜੇ ਸਰੀਰ ਹੀ ਗਰਮ ਸੀ ਜੀ ਜਾਨ ਜੂਨ ਇੰਨੀ ਕੋਈ ਨਹੀਂ ਸੀ ਲੱਗਦੀ ਵੀ ਸਰੀਰ 'ਚ ਪੰਜਾਬ ਸਰਕਾਰ ਦਾ ਕਹਿਣਾ ਨਸ਼ਾ ਬੰਦ ਕਰਤਾ ਜੀ ਦੇਖੋ ਜੀ ਤੁਹਾਡੇ ਸਾਹਮਣੇ ਐਡਾ ਨੌਜਵਾਨ ਪਈ ਐਡੀ ਲਾਸ਼ ਉਹਨੂੰ ਤਾਂ ਮਾਂ ਪਿਓ ਨੂੰ ਪਤਾ ਨਾ ਵੀ ਨਸ਼ਾ ਬੰਦ ਕਰਤਾ ਜਾਂ ਉਹਨਾਂ ਲੋਕ ਉਹਨਾਂ ਨੂੰ ਪਤਾ ਜਿਹਨਾਂ ਦੇ ਪੁੱਤਰ ਖਾਂਦੇ ਨਹੀਂ ਨਸ਼ਾ
ਤੇ ਕੀ ਉਹਨਾਂ ਦੇ ਹਾਲਾਤ ਨੇ ਜੀ ਇਹ ਜ਼ਿਲ੍ਹੇ ਨੂੰ ਲੱਗੇ ਮੁਰਕੇ ਨੇ ਛੱਡਿਆ ਹੀ ਨਹੀਂ ਜੀ ਤੇ ਜੇ ਨੇੜੇ ਉੱਥੇ ਲੋਕ ਕਰਦੇ ਨੇ ਤਾਂ ਹੀ ਇਹਨੂੰ ਮਿਲਦਾ ਨਸ਼ਾ ਤੇ ਤਾਂ ਹੀ ਆਉਂਦਾ ਜੀ ਆਮ ਮਿਲਦਾ ਪਿੰਡਾਂ 'ਚ ਨਸ਼ਾ ਆਮ ਮਿਲਦਾ ਪਿਆ ਜੀ ਹਾਂਜੀ ਆਮ ਮਿਲਦਾ ਜੀ ਇਹ ਆਪਣੇ ਮਨ ਮੋਟਾ ਨਸ਼ਾ ਕਰਦਾ ਸੀ ਮੁੰਡਾ ਤਾਂ ਰੋਕਿਆ ਬਹੁਤ ਹੈ ਮਾਂ ਪਿਓ ਨੇ ਚਾਚੇ ਤਾਏ ਸਾਡੇ ਚਾਚੇ ਤਾਏ ਦੇ ਵਿੱਚੋਂ ਹੀ ਆ ਜੀ ਇਹ ਭਤੀਜਾ ਸਾਡਾ ਲੱਗਦਾ ਅਸੀਂ ਵੀ ਸਾਰੇ ਖੇਤਾਂ ਜਾਣਾ ਸੀ ਪੁੱਤ ਇਹ ਕੰਮ ਨਾ ਕਰ ਪਰ ਫਿਰ 10 ਕੁ ਦਿਨ ਕਰੇ ਤੇ ਫਿਰ ਉਦਾਂ ਹੀ ਹੋ ਜਾਂਦਾ ਸੀ ਤਾਂ ਵਿਚਾਰਾ ਰਾਤ ਕਿਤੇ ਕਹਿੰਦਾ ਡੋਜ਼ ਵੱਧ ਵਾਲੇ ਟੀਕਾ ਵੀ ਦਿਖਾ ਟੀਕਾ ਦੇ ਦੇਖ ਲੈਂਦੇ ਹਾਂ ਜੀ ਤਾਂ ਪੰਜਾਬ ਸਰਕਾਰ ਦਾ ਤਾਂ ਕਹਿਣਾ ਹੈਗਾ ਜੀ ਕਿ ਮਤਲਬ ਨਸ਼ਾ ਬਿਲਕੁਲ ਬੰਦ ਕਰ ਦਿੱਤਾ ਗਿਆ ਪਿੰਡਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਨਹੀਂ ਜੀ ਨਸ਼ਾ ਤਾਂ ਹੁਣ ਦੇਖੋ ਨਸ਼ੇ ਨਾਲ ਹੀ ਤਾਂ ਮਰਿਆ ਜੀ ਵਿਚਾਰਾ ਹਾਂ ਜੀ ਬਾਕੀ ਗੱਲ ਹੈ ਜੀ ਦੇਖੋ ਸਾਡਾ ਤਾਂ ਬੱਚਾ ਜਿਹੜਾ ਵਿਚਾਰਾ ਅਸੀਂ ਤਾਂ ਬੜਾ ਜ਼ੋਰ ਲਾਇਆ ਸਾਡਾ ਤਾਂ ਮੁੰਡਾ ਜਿਹੜਾ ਵਿਚਾਰਾ ਨੁਕਸਾਨ ਹੋ ਗਿਆ ਕਿੱਡਾ ਦੇਖੋ ਪਿਓ ਵੀ ਹੈ ਨੀ ਵਿਚਾਰੇ ਦਾ ਬਹੁਤ ਮੰਦਭਾਗੀ ਘਟਨਾ ਇੱਕ ਮੱਛਵਾੜੇ ਦਾ ਈਸਾਪੁਰ ਪਿੰਡ ਆ ਉੱਥੋਂ ਸਾਹਮਣੇ ਆਈ ਆ ਜਿੱਥੇ ਦੁੱਖ ਹੁੰਦਾ ਜਦੋਂ ਇੱਕ ਦਾਦਾ ਹੱਥ ਵਿੱਚ ਸਰਿੰਜ ਲੈ ਕੇ ਅਤੇ ਕੋ ਵਿੱਚ ਖੜਾ ਹੋਵੇ ਹੋਸਪਿਟਲ ਦੇ ਜਿੱਥੇ ਉਹਦੇ ਪੋਤੇ ਦੀ ਲਾਸ਼ ਪਈ ਹੋਵੇ ਅਤੇ ਵਿਰਲਾਉਂਦਾ ਹੋਵੇ ਕਰਲਾਉਂਦਾ ਹੋਵੇ ਵੀ ਮੇਰਾ ਪੁੱਤ ਨਸ਼ੇ ਨਾਲ ਮਰ ਗਿਆ ਕਿਹੜੇ ਹਾਲਾਤ ਹੋਣਗੇ ਉਸ ਦਾਦੇ ਦੇ ਜਿਹੜਾ ਆਪ ਸਮਾਜ ਨੂੰ ਦੱਸ ਰਿਹਾ ਪਰ ਇੱਕ ਦੁੱਖਦਾਈ ਖਬਰ ਇਹ ਆ ਵੀ ਉਸ ਤੋਂ ਕੁਝ ਘੰਟਿਆਂ ਬਾਅਦ ਇਹ ਸਟੋਰੀ ਕੁਝ ਬਦਲੀ ਜਾਂਦੀ ਆ ਕਿ ਜਿਹੜਾ ਨੌਜਵਾਨ ਮਰਿਆ ਉਹਦੇ ਮਾਤਾ ਜੀ ਜੋ ਉਹਦੇ ਨਾਲ ਰਹਿੰਦੇ ਵੀ ਨਹੀਂ ਸੀ ਲੰਬੇ ਸਮੇਂ ਤੋਂ ਅੱਡ ਰਹਿ ਰਹੇ ਨੇ ਉਹ ਆ ਕੇ ਗੱਲ ਕਰਦੇ ਨੇ ਵੀ ਸਾਡਾ ਬੱਚਾ ਜੀ ਉਹ ਸ਼ਰਾਬ ਪੀਤੀ ਸੀ ਜੀ ਉਹ ਇਦਾਂ ਹੋ ਗਿਆ ਜੀ ਤਾਂ ਮਰ ਗਿਆ ਕਿ ਇਹਦੇ ਵਿੱਚੋਂ ਸਾਫ਼ ਪਤਾ ਲੱਗਦਾ ਵੀ ਗੱਲ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪ੍ਰਸ਼ਾਸਨ ਵੱਲੋਂ ਲਾ ਲਓ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਪਰਿਵਾਰਕ ਮੈਂਬਰਾਂ ਦੇ ਉੱਤੇ ਕਿਉਂਕਿ ਜਿਹੜਾ ਬੰਦਾ 2 ਘੰਟੇ ਪਹਿਲਾਂ ਇਹ ਕਹਿ ਰਿਹਾ ਵੀ ਸਾਡਾ ਬੱਚਾ ਨਸ਼ੇ ਨਾਲ ਮਰਿਆ ਸਿਰਿੰਜ ਬਕਾਇਦਾ ਐਜ਼ ਆ ਪ੍ਰੂਫ ਲੈ ਕੇ ਆਉਂਦਾ ਬਾਕੀ ਮੈਂ ਬੇਨਤੀ ਕਰਦਾ ਦੇਖੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਸ਼ਾ ਸਾਡੇ ਇਲਾਕੇ ਦੇ ਵਿੱਚ ਮੱਛਵਾੜਾ ਸਾਹਿਬ ਦੇ ਇਲਾਕੇ ਦੇ ਵਿੱਚ ਪਵਿੱਤਰ ਧਰਤੀ ਆ ਪਰ ਬੇਹੱਦ ਨਸ਼ਾ ਉੱਥੇ ਫੈਲਿਆ ਹੋਇਆ ਆਏ ਦਿਨ ਨੌਜਵਾਨ ਮਰ ਰਹੇ ਨੇ ਨਸ਼ੇ ਵਾਲਿਆਂ ਦੀ ਇਸ ਹੱਦ ਤੱਕ ਉਹਨਾਂ ਦੇ ਹੌਸਲੇ ਬੁਲੰਦ ਨੇ ਕਿ ਉਹ ਲੋਕ ਜੇ ਕੋਈ ਸ਼ਿਕਾਇਤ ਕਰਦੇ ਉਹਨਾਂ ਨੂੰ ਕੁੱਟਮਾਰ ਤੱਕ ਕਰਨ ਜਾਂਦੇ ਨੇ ਸੋ ਇਹ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਆ ਤੇ ਪ੍ਰਸ਼ਾਸਨ ਨੂੰ ਵੀ ਮੈਂ ਤਾੜਨਾ ਕਰਦਾ ਵੀ ਜਿਹੜੀ ਸੱਚਾਈ ਆ ਸਮਾਜ ਦੇ ਸਾਹਮਣੇ ਲੈ ਕੇ ਆਓ ਤੁਹਾਡੇ ਮੀਡੀਆ ਹਾਊਸਿਸ ਦੇ ਥਰੂ ਬੇਨਤੀ ਕਰਦਾ ਵੀ ਲੋਕਾਂ ਨੂੰ ਸੱਚ ਪਤਾ ਹੋਣਾ ਚਾਹੀਦਾ ਅੱਜ ਸਾਡਾ ਇਲਾਕਾ ਅੱਜ ਸਾਡਾ ਜੋ ਹਲਕਾ ਆ ਨਸ਼ੇ ਦੀ ਦਲਦਲ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫਸ ਚੁੱਕਿਆ ਸੋ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਹੁਣ ਪੋਸਟਮਾਰਟਮ ਆਉਣਾ ਉਹਦੇ ਵਿੱਚ ਸੱਚਾਈ ਸਾਹਮਣੇ ਲਿਆਂਦੀ ਜਾਵੇ ਅਤੇ ਜਿਹੜੇ ਬੰਦੇ ਦਾ ਇਸ ਤਰੀਕੇ ਦੇਖੋ ਨਸ਼ਾ ਕਿਹਨੇ ਦਿੱਤਾ ਕਿਵੇਂ ਆਇਆ ਅਤੇ ਨੌਜਵਾਨ ਸਾਡਾ ਇਸ ਦੁਨੀਆ ਤੋਂ ਚਲੇ ਗਿਆ ਉਹਦੇ ਢੁਕਵੀਂ ਕਾਰਵਾਈ ਕਰਨੀ ਬਣਦੀ ਐਸੋ ਸਾਹਿਬ ਜਿਹੜਾ ਈਸਾਪੁਰ ਮੁੰਡੇ ਡੈਥ ਉਹ ਕੀ ਮਾਮਲਾ ਜੀ ਹਾਂਜੀ ਇਹਦਾ ਨਾਮ ਗੁਰਸੇਵ ਸਿੰਘ ਆ ਜੀ ਛੋਟਾ ਇਹਨੂੰ ਰੁਸਤਮ ਹੀ ਕਹਿੰਦੇ ਨੇ ਇਹਦਾ ਫਾਦਰ ਸਾਹਿਬ ਸੀ ਬਲਵਿੰਦਰ ਸਿੰਘ ਉਹ ਵੀ ਸਾਡੇ ਪੰਜਾਬ ਪੁਲਿਸ 'ਚ ਸੀ ਉਹਦੀ ਕੁਝ ਅਰਸਾ ਪਹਿਲਾਂ ਮੌਤ ਹੋ ਗਈ ਫਿਰ ਇਹਦੀ ਮਾਤਾ ਨੂੰ ਨੌਕਰੀ ਮਿਲ ਗਈ ਸੀ ਇਹਦੀ ਮਾਤਾ ਜਲੰਧਰ ਜੋਬ ਕਰ ਰਹੀ ਆ ਪੰਜਾਬ ਪੁਲਿਸ 'ਚ ਅਤੇ ਆ ਬੀਤੀ ਰਾਤ ਰੋਜ਼ਾਨਾ ਦੀ ਤਰ੍ਹਾਂ ਇਹਨਾਂ ਨੇ ਆਪਦਾ ਰੋਟੀ ਪਾਣੀ ਖਾਧਾ ਅਤੇ ਰਾਤ ਇਹਨਾਂ ਨੇ ਡਰਿੰਕ ਵੀ ਕਰੀ ਹੈ ਕਾਕੇ ਨੇ ਚਿਕਨ ਵੀ ਬਣਾਇਆ ਜੀ ਅਸੀਂ ਮੋਰਨਿੰਗ ਮੌਕਾ ਦੇਖਿਆ ਸੀ ਅਤੇ ਇਹਦੀ ਮੌਤ ਹੋ ਗਈ ਪਰ ਇਹ ਦਾਦਾ ਦਾਦੀ ਕੋਲ ਇੱਥੇ ਰਹਿੰਦਾ ਸੀ ਜੀ ਦਾਦਾ ਕਹਿ ਰਿਹਾ ਵੀ ਇਹ ਕਾਕੇ ਦੀ ਨਸ਼ੇ ਨਾਲ ਮੌਤ ਹੋਈ ਆ ਅਤੇ ਉਹਦੀ ਮਾਤਾ ਕਹਿ ਰਹੀ ਆ ਵੀ ਮੇਰਾ ਬੇਟਾ ਨਸ਼ਾ ਬਿਲਕੁਲ ਨਹੀਂ ਸੀ ਕਰਦਾ ਅਤੇ ਇਹਨੂੰ ਇਹ ਡਿਸਟਰਬ ਕਰਦੇ ਸੀ ਇਹਨੂੰ ਪਰੇਸ਼ਾਨ ਕਰਦੇ ਸੀ ਜਿਸ ਕਰਕੇ ਇਹਨੂੰ ਅਟੈਕ ਆ ਗਿਆ ਅਤੇ ਇਹ ਹੁਣ ਤੁਸੀਂ ਬੋਡੀ ਕਿੱਥੇ ਰਖਾਤੀ ਜੀ ਡੈਡ ਬੋਡੀ ਜੀ ਸਿਵਲ ਹਸਪਤਾਲ ਪਈ ਹੈ ਜੀ ਬਾਕੀ ਸਟੇਟਮੈਂਟ ਲਿਖਾਂਗੇ ਤੁਸੀਂ ਮਾਤਾ ਦੀ ਉਹ ਆ ਰਹੇ ਨੇ ਉਹ ਅੱਜ ਤਾਂ ਨਹੀਂ ਆ ਰਹੇ ਉਹਨਾਂ ਦੀ ਅਸੀਂ ਦੁਬਾਰਾ 2-3 ਵਾਰੀ ਕਾਲ ਕਰ ਲਈ ਉਹਨਾਂ ਨੂੰ ਉਹ ਕਹਿੰਦੇ ਮੈਂ ਕੱਲ੍ਹ ਆਊਂਗੀ ਅਤੇ ਸਟੇਟਮੈਂਟ ਲਿਖ ਕੇ ਫਰਦਰ ਅੱਗੇ ਇਹਨਾਂ ਦੀ ਪੋਸਟਮਾਰਟਮ ਕਰਾਇਆ ਜਾਊਗਾ ਜੀ ਰੀਜਨ ਪਤਾ ਲੱਗ ਜੂਗਾ ਵੀ ਕਾਕੇ ਦੀ ਮੌਤ ਕਿੱਦਾਂ ਹੋਈ ਹੈ ਕਿੰਨੀ ਉਮਰ ਸੀਗੀ ਜੀ ਇਹ ਜੀ ਕਰੀਬ ਜੀ 24-25 ਸਾਲ ਦੀ ਉਮਰ ਹੈ ਜੀ ਮੈਰਿਜ ਹੋਈ ਸੀ ਮੈਰਿਜ ਹੋਈ ਹੈ ਜੀ ਅਤੇ ਇਹਦਾ ਆਪਸ ਵਿੱਚ ਹੀ ਜਿਹੜੇ ਜੀ ਲੈ ਆਪਣੀ ਮਿਸਿਜ ਨਾਲ ਪੰਚਾਇਤੀ ਤੌਰ 'ਤੇ ਤਲਾਕ ਵੀ ਹੋਇਆ ਜੀ ਅਜੇ ਅਦਾਲਤ 'ਚ ਹੋਣਾ ਬਾਕੀ ਹੈ ਮੇਰਾ ਨਾਮ ਜੀ ਡਾਕਟਰ ਹਿਤੇਸ਼ ਹਾਂਜੀ ਆਪਣੇ ਕੋਲ ਗੁਰਸੇਵਕ ਸਿੰਘ ਨਾਮ ਹੈ ਜੀ ਪੇਸ਼ੈਂਟ ਦਾ ਅਤੇ ਸਾਨੂੰ ਬਲਵਿੰਦਰ ਸਿੰਘ ਮੰਡ ਜੋਧਵਾਲ ਤੋਂ ਆਈ ਹੈ ਅਲੈਜਿਸਟੀ ਕੋਈ ਪੋਇਜ਼ਨਿੰਗ ਦੀ ਹੈਗੀ ਹੈ ਬਾਕੀ ਅਸੀਂ ਪੋਸਟਮਾਰਟਮ ਹੀ ਰੱਖੀ ਹੈ ਰਿਕੁਐਸਟ ਸਾਨੂੰ ਪੁਲਿਸ ਵੱਲੋਂ ਰਿਸੀਵ ਹੋਈ ਸੀ ਪੋਸਟਮਾਰਟਮ ਦੇ ਲਈ ਇਸ ਕਰਕੇ ਅਸੀਂ ਇਹਨੂੰ ਮੋਰਚਰੀ ਵਿੱਚ ਰੱਖਿਆ ਹੋਇਆ ਬਾਕੀ ਪੋਸਟਮਾਰਟਮ ਹੋਏਗਾ ਜੀ ਅਸੀਂ ਅੱਗੇ ਉਹਦੀ ਕਾਰਵਾਈ 'ਚ
परिवार वाले नहीं आया सानू कोई पुलिस वाले बॉडी लेके आए ने उन्होंने लेजर हिस्ट्री दसी है भी शायद पॉइजनिंग का केस है डेथ बारे नहीं टाइम है सानू मेरे को 8:21 ते डेड बॉडी रिसीव की है पोस्टमार्टम पंडित अमकेश शर्मा तंत्र मंत्र काली शक्ति काले इलम के बेताज बादशाह हर समस्या का गरंटी नाल समाधान करवाओ बशकर करना जा तुड़वाना लव मैरिज मन चाह प्यार कर्जा मुक्ति पी आर प्रॉब्लम घर च कलेश सोतन दुश्मन तो छुटकारा नशे की लत बे औलाद बच्चों का कहने तो बाद ब्याह च रुकावट तलाक केस किता कराया प्यार च रुकावट हर समस्या के समाधान लई एक बार जरूर फोन करो।